ਅਮਰੀਕਾ ਦੇ ਵਿੱਚ ਕਾਫੀ ਮਹੀਨਿਆਂ ਤੋਂ ਜੋ 에ਅਰਲਾਈਨ ਦੀਆਂ ਫਲਾਈਟਸ ਆ ਉਹ ਡਿਲੇ ਹੋ ਰਹੀਆਂ ਹੈਗੀਆਂ। ਕਈ ਵਾਰ ਲੋਕਾਂ ਨੂੰ ਪੂਰੀ-ਪੂਰੀ ਰਾਤ 에ਅਰਪੋਰਟ ਦੇ ਉੱਤੇ ਰਹਿਣਾ ਪੈਂਦਾ ਆ। ਟ੍ਰਾਂਸਪੋਰਟੇਸ਼ਨ ਸੈਕਟਰੀ ਪੀਟ ਵਰਟਿਜਰਸ ਨੇ ਅੱਜ ਨੌ ਮੇਜਰ ਯੂਐਸ ਦੀਆਂ 에ਅਰਲਾਈਨਸ ਨੂੰ ਇੱਕ ਲੈਟਰ ਲਿਖਿਆ ਆ ਕਿ ਜੋ ਤੁਹਾਡਾ ਬਿਹੇਵੀਅਰ ਆ ਜੋ ਜਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਆ ਇਹ ਅਨਐਕਸੈਪਟੇਬਲ ਹੈਗਾ। ਟ੍ਰਾਂਸਪੋਰਟੇਸ਼ਨ ਚੀਫ ਨੇ ਕਿਹਾ ਆ ਪੇ ਤੁਹਾਨੂੰ ਜਾਂ ਤਾਂ ਮੀਲ ਵੀ ਦੇਣਾ ਪਊਗਾ 3 ਘੰਟੇ ਤੋਂ ਵੱਧ ਫਲਾਈਟ ਡਿਲੇ ਹੁੰਦੀ ਆ ਤੇ ਜੇ ਓਵਰਨਾਈਟ ਡਿਲੇ ਹੁੰਦੀ ਆ ਤੇ ਤੁਹਾਨੂੰ ਹੋਟਲ ਦੇ ਵਾਊਚਰ ਵੀ ਪੈਸੈਂਜਰਸ ਨੂੰ ਦੇਣੇ ਪਊਗੇ ਇਹ ਨੌ ਮੇਜਰ ਯੂਐਸ ਦੀਆਂ ਜੋ 에ਅਰਲਾਈਨਸ ਆ ਉਹਨਾਂ ਨੂੰ ਇਹ ਲੈਟਰ ਲਿਖਿਆ ਕਹਿੰਦੇ ਯੂਐਸਏ ਦੇ ਵਿੱਚ 에ਅਰ ਕੈਰੀਅਰਸ ਨੇ 3.2% ਫਲਾਈਟ ਕੈਨਸਲ ਹੋਈਆਂ ਤੇ 24% ਦੇ ਕਰੀਬ ਫਲਾਈਟਸ ਪਿਛਲੇ 6 ਮਹੀਨਿਆਂ ਚ ਡਿਲੇ ਹੋਈਆਂ ਕਹਿੰਦੇ ਵੀ ਡਿਲੇ ਹੋਣਾ ਦਾ ਮਤਲਬ ਇਹ ਨਹੀਂ ਹੈ ਵੀ ਡਿਲੇ ਹੋ ਗਿਆ ਇਹ ਬਹੁਤ ਕੁਝ ਲੋਕਾਂ ਨੂੰ ਮੈਟਰ ਕਰਦਾ ਕਈਆਂ ਨੇ ਬਰਥਡੇ ਅਟੈਂਡ ਕਰਨਾ ਹੁੰਦਾ ਕਈਆਂ ਨੇ ਪਾਰਟੀ ਸਟੈਂਡ ਕਰਨੀਆਂ ਹੁੰਦੀਆਂ ਕਿਸੇ ਦੇ ਵਿਆਹ ਤੇ ਜਾਣਾ ਕਿਸੇ ਦੇ ਫਿਊਨਲ ਦੇ ਉੱਤੇ ਜਾਣਾ ਕਿਸੇ ਨੇ ਕਿਸੇ ਦੀ ਗ੍ਰੈਜੂਏਸ਼ਨ ਦੇ ਉੱਤੇ ਜਾਣਾ ਸੋ ਇਹ ਬਹੁਤ ਸੀਰੀਅਸ ਮੈਟਰ ਹੈ ਇਸ ਕਰਕੇ ਕਹਿੰਦੇ ਵੀ ਮੈਂ ਇਹ ਲੈਟਰ ਲਿਖਿਆ ਸੋ ਇੰਡਸਟਰੀਲੀ ਜੋ ਇੰਡਸਟਰੀ ਹੈਗੀ ਹੈ ਏਅਰਲਾਈਨ ਦੀ ਹੋਪਫੁਲੀ ਇਹਦੇ ਉੱਤੇ ਵਰਕਆਊਟ ਕਰੂਗੀ ਪਰ ਪਿਛਲੇ 2 ਸਾਲਾਂ ਤੋਂ ਹੀ ਈਵਨ ਥੋ 에ਅਰਲਾਈਨ ਇੰਡਸਟਰੀ ਨੇ ਬਿਲੀਅਨਸ ਆਫ ਡਾਲਰ ਪੀਪੀਪੀ ਲੋਨ ਵਿੱਚ ਲਏ ਆ ਪਰ ਹਮੇਸ਼ਾ ਹੀ ਦੋ ਬਹਾਨੇ ਲਾਉਂਦੇ ਆ ਕਿ ਇੱਕ ਤਾਂ ਲੇਬਰ ਮਾਰਕੀਟ ਟਾਈਟ ਬਹੁਤ ਆ ਤੇ ਦੂਜਾ ਜਿਹੜਾ ਆ ਉਹ weather condition ਬੈਡ ਆ ਜਿਹਦੇ ਕਰਕੇ ਸਾਨੂੰ ਫਲਾਈਟਸ ਡਿਲੇ ਕਰਨੀਆਂ ਪੈਂਦੀਆਂ ਹਾਂ ਜੀ ਬਿਲਕੁਲ ਆ ਬਿਲਕੁਲ ਨਹੀਂ ਹਰਜੋਤ ਸਿੰਘ ਜੀ ਬਹੁਤ ਜ਼ਿਆਦਾ ਲੋਕਾਂ ਨੂੰ ਖਜਲ ਖਵਾਰੀ ਹੁੰਦੀ ਆ ਬਿਲੀਅਨਸ ਆਫ ਡਾਲਰ ਟੈਕਸਪੇਅਰ ਮਨੀ ਦੀ ਇਹਨਾਂ ਨੂੰ ਕਿੰਨੀ ਵਾਰੀ ਜਿਹੜੀ ਉਹ ਮਿਲ ਚੁੱਕੀ ਆ ਆ ਕੋਵਿਡ ਦੇ ਦੌਰਾਨ ਵੀ ਜਿਹੜੇ ਹੋ ਮਿਲੇ ਵੀ ਨੌਕਰੀ ਦੇ ਉੱਤੇ ਲੋਕੀ ਰੱਖਣ ਪਰ ਹੌਲੀ ਹੌਲੀ ਲੋਕ ਵੀ ਜਿਹੜੇ ਆ ਉਹ ਅਨਪਲੋਇਮੈਂਟ ਦੇ ਕਰਕੇ ਹੋਰ ਕਈ ਕਾਰਨਾ ਕਰਕੇ ਜਿਹੜੇ ਉਹ ਛੱਡ ਗਏ ਹੁਣ ਇਹਨਾਂ ਦੇ ਬੰਦੇ ਨੇ ਪੂਰੇ ਫਲਾਈਟਾਂ ਕਈ ਦੀ ਓਵਰ ਬੁੱਕ ਨੇ ਤੇ ਲੋਕ ਕਾਫੀ ਤੰਗ ਪਰੇਸ਼ਾਨ ਇਸ ਦੇ ਵਿੱਚ ਆ ਜਿਹੜੇ ਹੁੰਦੇ ਆ ਸੋ ਭਾਈ ਜਿੰਨਾ ਚੱਲਣਗੇ ਇਦਾਂ ਬੈਟਰ ਆ ਅਗਲੇ ਨੂੰ ਹੋਊਗਾ ਵੀ ਸਾਨੂੰ ਜ਼ਿਆਦਾ ਸਪੈਂਡ ਕਰਨੇ ਪੈਣੇ ਆ 에ਅਰਲਾਈਨਸ ਨੂੰ ਤਾਂ ਫਿਰ ਆਬਵੀਅਸਲੀ ਜਿਹੜਾ ਹਰਜੋਤ ਸਿੰਘ ਜੀ ਇਤੇ ਸਿੱਧੇ ਹੋ ਕੇ ਜਿਹੜਾ ਥੋੜਾ ਉਹ ਚੱਲਣਗੇ ਸਮਾ ਵੀ ਆਪਣੇ ਪ੍ਰੋਗਰਾਮ ਦਾ ਸਮਾਪਤੀ ਤੇ ਆ ਤੇ ਜਾਣ ਤੋਂ ਪਹਿਲਾਂ ਅੱਜ ਦੇ ਜਿਹੜੇ ਸਟਾਕ ਮਾਰਕੀਟ ਦੇ ਵੀ ਜਿਹੇ ਹਾਲਾਤ ਦੱਸਦੇ ਜਾਈਏ ਤਾਂ ਅੱਜ ਕਾਫੀ ਬੈਂਡ ਦੇ ਇਨਵੈਸਟਰਸ ਦੇ ਲਈ ਜਿਹੜਾ ਹੋ ਰਿਹਾ ਡਾਉ ਜੋਨਸ ਅੱਜ 643 ਪੁਆਇੰਟ ਤਕਰੀਬਨ 2% ਡਿੱਗ ਗਿਆ 33000 ਤੇ 64 ਦੇ ਉੱਤੇ ਜਿਹੜਾ ਉਹ ਬੰਦ ਹੋਇਆ ਐਸ ਐਨ ਪੀ ਦੇ ਵਿੱਚ ਵੀ 2% ਤੋਂ ਵੱਧ ਦੀ ਗਰਾਵਟ ਹੋਈ 90 ਪੁਆਇੰਟ ਡਿੱਗ ਕੇ 4138 ਤੇ ਨਾਸਟੈਕ 2.5% ਦੇ ਕੇ 324.12381 ਦੇ ਬੰਦ ਹੋਇਆ ਸੋਨੇ ਦਾ ਭਾਅ 1751 ਡਾਲਰ ਪ੍ਰਤੀ ਆਉਂਸ ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ 10 ਇਅਰ ਯੀਲਡ 3.02% ਕ੍ਰਿਪਟੋ ਕਰੰਸੀਟ ਬਿਟਕੋਇਨ 21303 ਅਤੇ以thereum 1600 वी यूएस डॉलर ਦੇ ਬਰਾਬਰ ਚੱਲ ਰਿਹਾ ਹੈ ਜੀ ਸੋ ਬਿਲਕੁਲ ਹੀ ਸਾਰਾ ਕੁਝ ਇਸ ਕਰਕੇ ਹੋਇਆ ਕਿਉਂਕਿ ਲੋਕ ਸੋਚ ਰਹੇ ਆ ਕਿ ਫੈਡਰਲ ਰਿਜ਼ਰਵ ਬੋਰਡ ਸਤੰਬਰ ਮਹੀਨੇ ਦੀ ਮੀਟਿੰਗ ਦੇ ਵਿੱਚ 75 ਬੇਸਿਸ ਪੁਆਇੰਟ ਇੰਟਰਸਟ ਰੇਟ ਵਧਾਉਣ ਜਾ ਰਿਹਾ ਹੈ ਜੂਨ ਮਹੀਨੇ ਦੇ ਵਿੱਚ ਵੀ 3 ਕੁਆਟਰਸ ਵਧਾਏ ਗਏ ਸੀ ਜੁਲਾਈ ਦੇ ਵਿੱਚ ਵੀ ਤੇ ਹੁਣ ਤੀਜੀ ਵਾਰੀ ਫੇਰ 75 ਬੇਸਿਸ ਪੁਆਇੰਟ ਇਨਕਰੀਜ਼ ਹੋਣਾ ਜੇ ਨੂੰ ਦੇਖ ਕੇ ਜੋ ਮਾਰਕੀਟ ਆ ਉਹ ਚ ਬਹੁਤ ਵੱਡੀ ਹਲਚੁਲ ਹੋਈ ਹੈਗੀ ਆ ਤੇ ਅੱਜ ਲੋਕਾਂ ਨੇ ਹਜ਼ਾਰਾਂ ਲੱਖਾਂ ਡਾਲਰ ਆਪਣੇ ਸਟਾਕ ਮਾਰਕੀਟ ਦੇ ਵਿੱਚ ਲੂਜ਼ ਕੀਤੇ ਆ ਤੇ ਦੂਜਾ ਵੱਡਾ ਕਾਰਨ ਹੁਣ ਰੈਸੈਸ਼ਨ ਦਾ ਕਲੀਅਰਲੀ ਦਿਸਣਾ ਸ਼ੁਰੂ ਹੋ ਗਿਆ ਆ ਕਹਿੰਦੇ ਕਿ ਕੈਲੀਫੋਰਨੀਆ ਦੇ ਵਿੱਚ ਜੁਲਾਈ ਮਹੀਨੇ ਚ 12% ਘੱਟ ਰੈਵਨਿਊ ਕੈਲੀਫੋਰਨੀਆ ਸਟੇਟ ਵੱਲੋਂ ਇਕੱਠਾ ਹੋਇਆ ਆ ਸੋ ਇਹ ਤਾਂ ਲੱਗਦਾ ਹੈ ਵੀ ਟੈਕ ਲੇ ਆਫ ਨੇ ਬਹੁਤ ਜ਼ਿਆਦਾ ਹਿੱਟ ਕੀਤਾ ਹੈਗਾ ਕਿਉਂਕਿ ਉੱਥੋਂ ਜਿਹੜੇ ਰੈਵਨਿਊ ਆ ਇਹੇ ਸਟੇਟ ਨੂੰ ਕਾਫੀ ਜ਼ਿਆਦਾ ਆਂਦਾ ਸੀ ਸੋ 12% ਦੇ ਕਰੀਬ ਘਟਿਆ ਹੈਗਾ ਸੋ ਇਸੇ ਤਰ੍ਹਾਂ ਜੇ ਯੂ ਐਸ ਡਾਲਰ ਦੀ ਗੱਲ ਕਰਦੇ ਜਾਈਏ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ 1 ਡਾਲਰ ਤੇ 30 ਸੈਂਟ ਦੇ ਬਰਾਬਰ ਹੈ ਯੂ ਐਸ ਦਾ 1 ਡਾਲਰ ਤੇ ਇੰਡੀਆ ਦੇ 79 ਰੁਪਏ ਤੇ 88 ਪੈਸੇ ਦੇ ਬਰਾਬਰ ਹੈ